सलून आइटम एनजीओ स्पा 100 रुपए दी किन्ने दी सिर्फ 100 रुपए दी 100 रुपए दी एनजीओ स्पा दे एमआरपी चेक कर सकदे हो 699 रुपए एमआरपी है हां जी ਤੁਹਾਨੂੰ ਕਿੰਨੇ ਦੀ ਪੈਣੀ 100 ਰੁਪਏ ਦੀ ਕੈਰਾਟਿਨ ਕਿੰਨੇ ਦੀ ਪੈਣੀ 100 ਰੁਪਏ ਦੀ ਓਕੇ ਜੀ ਕੈਰਾਟਿਨ ਸਪਾ 100 ਰੁਪਏ ਦੀ ਤੁਹਾਨੂੰ ਠੀਕ ਹੈ ਜੀ ਤੇ ਲਵ ਯੂ ਹੈ ਤੁਹਾਨੂੰ ਸਾਰਿਆਂ ਨੂੰ ਭਰਾ ਵੱਲੋਂ ਇਹ ਦੇਖੋ ਇਹ ਐਨਜੀਓ ਸਪਾ ਕਿੰਨੇ ਦੀ ਹੈ 70 ਰੁਪਏ ਦੀ ਓਕੇ ਵੱਡੀ 100 ਰੁਪਏ ਦੀ ਐਨਜੀਓ ਸਪਾ ਦੇ ਨਾਲ ਠੀਕ ਹੈ ਪੈਣਾ ਕਿੰਨੇ ਦਾ 25 ਰੁਪਏ ਦਾ ਹਾਂਜੀ ਸਿਰਫ 25 ਰੁਪਏ ਦਾ ਡੀਓ ਪੈਣਾ ਤੁਹਾਨੂੰ ਠੀਕ ਹੈ ਸਰ ਤੁਸੀਂ 50 ਰੁਪਏ ਦੇ ਦੋ ਪੀਸ ਮੇਰੇ ਤੋਂ ਲੈ ਕੇ ਜਾਣੇ ਆ ਓਕੇ 100 ਰੁਪਏ ਦਾ ਸਿੰਗਲ ਪੀਸ ਸੇਲ ਕਰਨਾ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਲੋਸ਼ਨ ਕਹਿ ਰਹੇ ਸੀਗੇ ਆਪਾਂ 72 ਐਮਆਰਪੀ ਹਾਂਜੀ ਪੈਣਾ ਕਿੰਨੇ ਦਾ 17 ਰੁਪਏ ਦਾ ਓਕੇ ਜੀ ਇਹ ਦੇਖੋ ਇਹ ਲਿਪਸਟਿਕ ਹੈ ਜੀ ਹਾਂਜੀ 20 ਰੁਪਏ ਦੀ ਤੁਸੀਂ ਸੇਲ ਕਰਨੀ ਠੀਕ ਹੈ ਜੀ ਪੈਣੀ ਕਿੰਨੇ ਦੀ ਹੈ 4 ਰੁਪਏ ਦੀ ਓਨਲੀ ਓਕੇ ਸਿਰਫ 4 ਰੁਪਏ ਦੀ ਤੁਹਾਨੂੰ ਲਿਪਸਟਿਕ ਦਵਾਂਗਾ ਠੀਕ ਹੈ ਜੀ ਸਾਡਾ ਉਹ ਕੰਮ ਨਹੀਂ ਹੈਗਾ ਤੁਹਾਨੂੰ ਮੈਂ 2 ਰੁਪਏ ਕਹਦਾ 3 ਰੁਪਏ ਕਹਦਾ ਤੁਹਾਨੂੰ ਫਰੈਸ਼ ਮਾਲ ਦੇਣਾ ਓਕੇ ਜੀ ਕਿਉਂਕਿ ਅਸੀਂ 1 ਰੁਪਿਆ ਜ਼ਿਆਦਾ ਜ਼ਰੂਰ ਲੈ ਲਾਂਗੇ ਹਾਂਜੀ ਤੇ ਤੁਹਾਨੂੰ ਚੀਜ਼ ਵਧੀਆ ਦਵਾਂਗੇ ਇਹ ਦੇਖਣਾ ਦੇਖੋ ਇਹ ਰੋਜ਼ ਵਾਟਰ ਹੈਗਾ ਇਹਦੇ ਤੇ ਰੱਬ ਤੁਹਾਡਾ ਭਲਾ ਕਰੇ ਐਮਆਰਪੀ ਹੈਗੀ ਹੈ 70 ਰੁਪਏ ਐਮਆਰਪੀ ਹੈ ਠੀਕ ਹੈ ਜੀ ਪਰ ਪੀਸ ਦੇ ਉੱਤੇ ਓਕੇ ਸਰ ਤੁਹਾਨੂੰ ਕਿੰਨੇ ਦਾ ਪੈਣਾ 5 ਰੁਪਏ ਦਾ ਓਕੇ ਕਿੰਨੇ ਦਾ ਪੈਣਾ 5 ਰੁਪਏ 5 ਰੁਪਏ ਦਾ ਹੋਊਗਾ ਪ੍ਰਭੂ ਗੱਲ ਸਾਰੀ ਮੁੱਕਦੀ ਹੈ ਰੇਟਾਂ ਦੀ ਹਾਂਜੀ ਰੇਟ ਦਵਾਂਗੇ ਤੇ ਤੁਸੀਂ ਆਣਾ ਬਿਲਕੁਲ ਜੀ ਤੇ ਤੁਹਾਨੂੰ ਪਤਾ ਮਾਰਕੀਟ ਬਹੁਤ ਵੱਡੀ ਹੈ ਹਾਂਜੀ ਹਾਂਜੀ ਤੇ ਆਪਣਾ ਸੰਦੂਰ ਲਿਕਵਿਡ ਸੰਦੂਰ ਠੀਕ ਹੈ ਜੀ ਠੀਕ ਹੈ ਜੀ 12 ਮਹੀਨੇ 30 ਦਿਨ ਯੂਜ਼ ਹੋਣ ਵਾਲੀ ਆਈਟਮ ਤੁਹਾਨੂੰ ਕਿੰਨੇ ਦਾ ਪੈਣਾ 4 ਰੁਪਏ ਦਾ ਓਕੇ ਤੁਸੀਂ ਕਿੰਨੇ ਦਾ ਵੇਚਣਾ 20 ਰੁਪਏ ਦਾ ਠੀਕ ਹੈ ਕਿੰਨੇ ਗੁਣਾ ਕਮਾਈ ਹੋਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣੇ ਖੜੇ ਫੀਲਡਗੰਜ ਤੇ ਆਪਾਂ ਸਾਗਰ ਬਾਈ ਕੋਲੇ ਦੁਬਾਰਾ ਆਏ ਸੀ ਅੱਜ ਤੇ ਉਹਨਾਂ ਕੋਲੇ ਸਮਾਨ ਆਇਆ ਨਵਾਂ ਵੀਡੀਓ ਨਾਲ ਬਣੇ ਰਹੇ ਤੁਹਾਡੇ ਕੰਮ ਦੀ ਵੀਡੀਓ ਆ ਤੁਹਾਨੂੰ ਕੰਪਨੀ ਦੀਆਂ ਚੀਜ਼ਾਂ ਦੇ ਰੇਟ 'ਚ ਮਿਲਣਗੀਆਂ ਤੁਹਾਨੂੰ ਇਹ ਦੇਖੋ ਚਾਰ ਕੋਲ ਮਾਸਕ ਆ ਗਿਆ ਹਾਂਜੀ ਠੀਕ ਹੈ ਜੀ ਐਮਆਰਪੀ ਦੇਖੋ ਕਿੰਨੀ ਹੈ 200 ਐਮਆਰਪੀ ਹੈ ਹਾਂਜੀ ਠੀਕ ਹੈ ਜੀ ਪੈਣਾ ਕਿੰਨੇ ਦਾ 20 ਰੁਪਏ ਦਾ ਕਿੰਨੇ ਦਾ ਸਿਰਫ 20 ਰੁਪਏ ਦਾ 20 ਰੁਪਏ ਦਾ ਔਰ ਤੁਸੀਂ ਇੱਕ ਬੰਦੇ ਦੇ ਜਦੋਂ ਚਾਰ ਕੋਲ ਮਾਸਕ ਲਾਇਆ ਨਾ ਹਾਂਜੀ 100 ਰੁਪਏ ਦਾ ਬਿਲਕੁਲ ਸਹੀ 20 ਬੰਦਿਆਂ ਦੇ ਲੱਗ ਜਾਣਾ ਘੱਟੋ ਘੱਟ ਓਕੇ ਇਹ ਦੇਖੋ ਇਹ ਅਰੋਮਾ ਦੀ ਫੇਸ਼ੀਅਲ ਕਿੱਟ ਹੈ 6 ਸਟੈਪ ਹੋਣਗੇ 6 ਸਟੈਪ ਠੀਕ ਹੈ ਜੀ ਐਮਆਰਪੀ 550 ਰੁਪਏ 2026 ਤੱਕ ਵੈਲਿਡ ਹੈ ਪੈਣੀ ਕਿੰਨੇ ਦੀ ਹੈ 60 ਰੁਪਏ ਕਿੰਨੇ ਦੀ ਓਨਲੀ 60 ਰੁਪਏ ਦੀ ਵੀਰੇ ਰੇਟ ਦਵਾਂਗੇ ਤੇ ਗੱਲ ਬੰਦੀ ਹਾਂਜੀ ਹਾਂਜੀ ਗੱਲ ਸਾਰੀ ਰੇਟਾਂ ਦੀ ਹੈ ਹਾਂ ਇਹ ਦੇਖੋ ਪੈਣਾ ਕਿੰਨੇ ਦਾ 25 ਰੁਪਏ ਦਾ ਹਾਂਜੀ ਸਿਰਫ 25 ਰੁਪਏ ਦਾ ਡੀਓ ਪੈਣਾ ਤੁਹਾਨੂੰ ਠੀਕ ਹੈ ਸਰ ਤੁਸੀਂ 50 ਰੁਪਏ ਦੇ ਦੋ ਪੀਸ ਮੇਰੇ ਤੋਂ ਲੈ ਕੇ ਜਾਣੇ ਆ ਓਕੇ 100 ਰੁਪਏ ਦਾ ਸਿੰਗਲ ਪੀਸ ਸੇਲ ਕਰਨਾ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਲੋਸ਼ਨ ਕਹਿ ਰਹੇ ਸੀਗੇ ਆਪਾਂ 72 ਐਮਆਰਪੀ ਹਾਂਜੀ ਪੈਣਾ ਕਿੰਨੇ ਦਾ 17 ਰੁਪਏ ਦਾ ਓਕੇ ਜੀ ਦੱਸੋ ਹੈ ਗੱਲਬਾਤ ਹਾਂਜੀ ਹਾਂਜੀ ਬਿਲਕੁਲ ਸਰ ਪ੍ਰਭੂ ਗੱਲ ਸਾਰੀ ਮੁੱਕਦੀ ਹੈ ਰੇਟਾਂ ਦੀ ਹਾਂਜੀ ਰੇਟ ਦਵਾਂਗੇ ਤੇ ਤੁਸੀਂ ਆਣਾ ਬਿਲਕੁਲ ਜੀ ਤੇ ਤੁਹਾਨੂੰ ਪਤਾ ਮਾਰਕੀਟ ਬਹੁਤ ਵੱਡੀ ਹੈ ਹਾਂਜੀ ਹਾਂਜੀ ਇਹ ਹੈਗਾ ਕੋਲਗੇਟ ਦਾ ਬ੍ਰਸ਼ ਹਾਂਜੀ ਠੀਕ ਹੈ ਜੀ ਐਮਆਰਪੀ ਕਿੰਨੀ ਹੈ 20 ਪੈਣਾ ਕਿੰਨੇ ਦਾ 10 ਰੁਪਏ ਦਾ ਅੱਛਾ ਜੀ ਕੋਲਗੇਟ ਦਾ ਬ੍ਰਸ਼ 10 ਰੁਪਏ ਦਾ ਲੈ ਕੇ ਤੁਸੀਂ 20 ਰੁਪਏ ਸੇਲ ਕਰ ਸਕਦੇ ਹੋ ਇਹ ਹੈਗਾ ਰੂਮ ਫਰੈਸ਼ਨਰ ਹਾਂਜੀ ਠੀਕ ਹੈ ਜੀ ਐਮਆਰਪੀ ਚੈੱਕ ਕਰੋ ਇਹ ਕਿੰਨੀ ਹੈ 180 ਰੁਪਏ ਹਾਂਜੀ ਠੀਕ ਹੈ ਜੀ ਰੂਮ ਫਰੈਸ਼ਨਰ ਹੈ ਪੈਣਾ ਕਿੰਨੇ ਦਾ 54 ਰੁਪਏ ਓਨਲੀ ਓਕੇ 54 ਰੁਪਏ ਦਾ ਠੀਕ ਹੈ ਜੀ ਤੁਹਾਨੂੰ ਸਲੂਨ ਆਈਟਮ ਵੀ ਦਿਖਾਉਂਦੇ ਆ ਵਿੱਚ ਵਿੱਚ ਹੁਣ ਇਹ ਦੇਖੋ ਇਹ ਹੈਗੇ ਨੇ ਆਇਲ ਜੈਸਮੀਨ ਆਮਲਾ 10 ਰੁਪਏ ਦਾ ਤੁਸੀਂ ਸੇਲ ਕਰਨਾ ਓਕੇ ਜੀ ਠੀਕ ਹੈ ਜੀ ਪੈਣਾ ਕਿੰਨੇ ਦਾ 5 ਰੁਪਏ ਦਾ ਠੀਕ ਹੈ ਸਰ 5 ਰੁਪਏ ਲੈ ਕੇ 10 ਰੁਪਏ ਸੇਲ ਕਰ ਤੇਲ ਜਿਹੜਾ ਮਰਜ਼ੀ ਹੈ ਹਾਂਜੀ 5 ਲੋ ਜਿੰਨੀ ਐਮਆਰਪੀ ਹੈ 100 ਰੁਪਏ ਐਮਆਰਪੀ ਹੋਏਗੀ ਤੁਹਾਨੂੰ 50 ਰੁਪਏ ਦਵਾਂਗਾ ਓਕੇ ਠੀਕ ਹੈ ਜੀ ਮਤਲਬ 50% ਲੈਸ ਤੇ ਕੋਈ ਵੀ ਆਇਲ ਖੁਸ਼ ਕਰਕੇ ਭੇਜਾਂਗਾ ਤੁਹਾਨੂੰ ਠੀਕ ਹੈ ਸਰ ਕਿਉਂਕਿ ਤੁਸੀਂ ਭਰਾ ਘਵਾਣਾ ਹਾਂਜੀ ਹਾਂਜੀ ਬਿਲਕੁਲ ਜੀ ਇਹ ਦੇਖੋ ਇਹ ਲਿਪਸਟਿਕ ਹੈ ਜੀ ਹਾਂਜੀ 20 ਰੁਪਏ ਦੀ ਤੁਸੀਂ ਸੇਲ ਕਰਨੀ ਠੀਕ ਹੈ ਜੀ ਪੈਣੀ ਕਿੰਨੇ ਦੀ ਹੈ 4 ਰੁਪਏ ਦੀ ਓਨਲੀ ਓਕੇ ਸਿਰਫ 4 ਰੁਪਏ ਦੀ ਤੁਹਾਨੂੰ ਲਿਪਸਟਿਕ ਦਵਾਂਗਾ ਠੀਕ ਹੈ ਜੀ ਸਾਡਾ ਉਹ ਕੰਮ ਨਹੀਂ ਹੈਗਾ ਤੁਹਾਨੂੰ ਮੈਂ 2 ਰੁਪਏ ਕਹਦਾ 3 ਰੁਪਏ ਕਹਦਾ ਤੁਹਾਨੂੰ ਫਰੈਸ਼ ਮਾਲ ਦੇਣਾ ਓਕੇ ਜੀ ਕਿਉਂਕਿ ਅਸੀਂ 1 ਰੁਪਿਆ ਜ਼ਿਆਦਾ ਜ਼ਰੂਰ ਲੈਣਾਂਗੇ ਹਾਂਜੀ ਤੇ ਤੁਹਾਨੂੰ ਚੀਜ਼ ਵਧੀਆ ਦਵਾਂਗੇ ਇਹ ਦੇਖੋ ਪਰ ਪੀਸ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਇਹ ਦੇਖੋ ਘੈਂਟ ਸੋਦਾ ਦਵਾਂਗੇ ਐ ਨਹੀਂ ਵੀ ਹਾਂਜੀ 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 ਪੈਣੀ ਕਿੰਨੇ ਦੀ 4 ਰੁਪਏ ਦੀ ਲਿਪਸਟਿਕ ਬੱਚੇ ਦੀ ਪੈਨਸਲ 4 ਰੁਪਏ ਦੀ ਨਹੀਂ ਆਂਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਤੁਹਾਨੂੰ ਲਿਪਸਟਿਕ ਦੇਣੀ ਹੈ ਔਰ ਤੁਸੀਂ 20 ਰੁਪਏ ਦੀ ਹੀ ਸੇਲ ਕਰਨੀ ਹੁਣ ਰੋਜ਼ ਵਾਟਰ ਆ ਦੇਖੋ
रब ता भला करे एम आर पी है 70 रुपए एम आर पी है ठीक है पर पीस दे उत्ते ओके सर तानू किन्ने दा पैणा 5 रुपए दा ओके ₹5 दा रोज लो पुत्तर फिर उस तो बाद तानू ए देखो चार कोल मास्क आ गया हां जी ठीक है जी एम आर पी देखो किन्नी है 200 एम आर पी है हां जी ठीक है जी पैणा किन्ने दा 20 रुपए दा किन्ने दा सिर्फ 20 रुपए दा 20 रुपए दा और तुसी एक बंदे दे जदों चार कोल मास्क लाया ना हां जी 100 रुपए दा अपना संदूर लिक्विड संदूर ठीक है जी ठीक है जी 12 महीने 30 दिन यूज होने वाली आइटम ਤੁਹਾਨੂੰ ਕਿੰਨੇ ਦਾ ਪੈਣਾ 4 ਰੁਪਏ ਦਾ ਓਕੇ ਤੁਸੀਂ ਕਿੰਨੇ ਦਾ ਵੇਚਣਾ 20 ਰੁਪਏ ਦਾ ਠੀਕ ਹੈ ਕਿੰਨੇ ਗੁਣਾ ਕਮਾਈ ਹੋਈ ਪਤਾ ਗੱਜ ਲਿਓ ਆਪਾਂ ਸੋਚ ਕੇ ਨਹੀਂ ਵੀਡੀਓ ਬਣਾ ਰਹੇ ਹਾਂਜੀ ਹਾਂਜੀ ਮੇਰੇ ਮਾਈਂਡ ਜਾ ਰਿਹਾ ਤੁਹਾਨੂੰ ਚੀਜ਼ਾਂ ਦਿਖਾ ਰਹੇ ਆ ਬਿਲਕੁਲ ਸਰ ਰੈਂਡਮਲੀ ਤੁਸੀਂ ਚੱਕ ਰਹੇ ਹੋ ਦਿਖਾ ਰਹੇ ਹੋ ਲਿਕਵਿਡ ਜਿਹੜੀ ਲਿਪਸਟਿਕ ਹੈ ਹਾਂਜੀ ਉਹ ਚੱਕੀ ਜਰਾ ਸਾਹਮਣੇ ਲਿਕਵਿਡ ਲਿਪਸਟਿਕ ਆ ਦੇਖੋ ਆ ਪਰਸੋਨੀ ਦਾ ਗੱਜਲ ਹੈ ਜੀ ਹਾਂਜੀ ਪਰਸੋਨੀ ਦਾ ਗੱਜਲ ਹੈ 10-12 रुपए एम आर पी आ गई नवे माल ते ओके तुहानू किन्ने दा लाना 50 रुपए दा पत्ता ठीक है जी 50 रुपए दा पत्ता 4 रुपए दा पीस पै गया तुहानू ओके ठीक है जी उस तो बाद रब तुहाडा भला करे ए देखो तुहानू सलून आइटम दिखाणी स्टार्ट कर दिंदे आ हां जी सलून आइटम एनजो स्पा 100 रुपए दी किन्ने दी सिर्फ 100 रुपए दी 100 रुपए दी एनजो स्पा दे एम आर पी चेक कर सकदे हो 699 रुपए एम आर पी है हां जी तुहानू किन्ने दी पैणी 100 रुपए दी केराटिन किन्ने दी पैणी 100 रुपए दी ओके जी केराटिन स्पा 100 रुपए दी तुहानू ठीक है जी ते लव यू है तुहानू सारेयां नू भरा वल्लों आ देखो एनजो स्पा किन्ने दी है 70 रुपए दी ओके वड्डी 100 रुपए दी एनजो स्पा दे नाल ठीक है जी आ देखो 1 लीटर रोज वाटर आ गया गुलाबरी दा हां जी किन्ने दा पैणा 30 रुपए दा 1 लीटर 1 लीटर रोज वाटर 30 रुपए